ਅੰਮ੍ਰਿਤਸਰ ਦੀ ਸ਼ਹਿਰਟਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਭੋਲੇ ਭਾਲੇ ਲੋਕਾਂ ਤੋਂ ਨੌਕਰੀ ਦਾ ਝਾਂਸਾ ਦੇ ਕੇ ਪੈਸੇ ਲੁੱਟਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜਿਸ ਕੋਲੋਂ 34,52,000 ਰੁਪਏ ਨਕਦ ਬਰਾਮਦ ਕੀਤੇ। ਅਤੇ ਇਸ ਸੰਬੰਧੀ ਪੁਲਿਸ ਦਾ ਕਹਿਣਾ ਕਿ ਦੋਸ਼ੀ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਰਾਜਸਥਾਨ ਤੋਂ ਕਾਬੂ ਕੀਤਾ ਅਤੇ ਨਾਲ ਹੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। FIR ਨੰਬਰ 165 ਪੁਲਿਸ ਸਟੇਸ਼ਨ ਛਿਆਟਾ ਅੰਡਰ ਸੈਕਸ਼ਨ 420 16/8/2019 ਨੂੰ ਹੋਈ ਸੀਗੀ। ਇਹਦੇ ਵਿੱਚ ਜਿਹੜਾ ਐਕਿਊਜ਼ ਸੀਗਾ ਉਹਦਾ ਨਾਂ ਹੈਗਾ ਭੁਪਿੰਦਰ ਸਿੰਘ ਔਰ ਬਾਬਾ, ਹੀ ਇਜ਼ ਅ ਰਿਟਾਇਰਡ ਐਕਸ ਸਰਵਿਸਮੈਨ ਫਰੋਮ ਆਰਮੀ। ਉਹਨਾਂ ਦੇ ਉੱਤੇ ਕੰਪਲੇਂਟ ਆਈ ਸੀਗੀ ਕਿ ਉਹਨਾਂ ਨੇ 420 ਕੀਤੀ ਹੈ, ਠੱਗੀ ਮਾਰੀ ਹੈ ਕਾਫੀ ਲੋਕਾਂ ਦੇ ਨਾਲ, ਇਹ ਕਹਿ ਕੇ ਕਿ ਉਹ ਉਹਨਾਂ ਨੂੰ ਕਿਸੇ ਸਰਕਾਰੀ ਨੌਕਰੀ 'ਤੇ ਲਵਾ ਦੂਗਾ। ਅਤੇ ਅਸੀਂ ਪਰਚਾ ਦਰਜ ਕਰ ਲਿਆ ਸੀਗਾ। ਅਸੀਂ ਤਫਤੀਸ਼ ਦੇ ਵਿੱਚ ਸਾਨੂੰ ਟੈਕਨੀਕਲ ਹੋਰ ਇਨਫੋਰਮੇਸ਼ਨ ਜਦੋਂ ਆਈ ਹੈ, ਉਹ ਬੰਦੇ ਦੀ ਸਾਨੂੰ ਪਤਾ ਲੱਗਿਆ ਸੀਗਾ ਉਹ ਯਹਾਂ ਤੋਂ ਭੱਜ ਕੇ ਉੱਥੇ ਅਲਵਰ 'ਚ ਰਹਿ ਰਿਹਾ ਸੀਗਾ ਰਾਜਸਥਾਨ 'ਚ। ਅਤੇ ਅਸੀਂ ਆਪਣੀ ਪਾਰਟੀ ਭੇਜੀ ਅਤੇ ਉਹਨੂੰ ਫੜ ਲਿਆ ਉੱਥੋਂ, ਅਤੇ ਸਾਨੂੰ ਬਰਾਮਦਗੀ ਵੀ ਹੋ ਗਈ ਹੈ। 35,52,000 ਬਰਾਮਦਗੀ ਹੋਈ ਹੈ ਵਿਦ ਸਮ ਜਵੈਲਰੀ। ਇਹ ਬਾਬਾ ਜੀ ਪਾਠ ਵਗੈਰਾ ਕਰਦੇ ਸੀਗੇ, ਕਥਾ ਵਗੈਰਾ ਜ਼ੁਬਾਨੀ, ਅਤੇ ਥੋੜ੍ਹਾ ਬੋਲਚਾਲ 'ਚ ਮਿੱਠੇ ਸੀਗੇ, ਤੋ ਜਿਹੜਾ ਲੋਕ ਕਹਿੰਦੇ ਹੈ ਕਿ ਇਸ ਕਰਕੇ ਉਹ ਫਸ ਗਏ ਜਾਲ 'ਚ। ਇਹ ਜਿਹੜਾ ਕਹਿ ਰਹੇ ਆ ਜੀ ਆਰਮੀ 'ਚ ਲਵਾਉਣ ਦੇ, ਨਹੀਂ ਪਹਿਲਾਂ ਹਾਲੇ ਕੀ ਹਾਲ ਕੀ ਘੜੀ ਕੋਈ ਸਾਡੀ ਨੌਲੇਜ 'ਚ ਨਹੀਂ ਆਇਆ, ਬਟ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹ ਲਾਂਸ ਨਾਇਕ ਤੋਂ ਰਿਟਾਇਰਡ ਹੈ, ਨਹੀਂ ਉਹ ਅਭੀ ਤਫਤੀਸ਼ ਜਾ ਰਹੀ ਹੈ ਅਭੀ ਹਾਲੇ ਕੀ। ਸਾਨੂੰ ਲਗਭਗ 20 ਕੇ ਗਰੀਬ ਬੰਦਿਆਂ ਨੇ ਐਪਲੀਕੇਸ਼ਨਾਂ ਦਿੱਤੀਆਂ, ਪਰਚਾ ਦਰਜ ਹੋਣ ਤੋਂ ਬਾਅਦ ਵੀ ਦਿੱਤੀਆਂ, ਅਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਕਰ ਲਿਆ। ਅਭੀ ਬਤਾਇਆ 20 ਕੇ ਕਰੀਬ ਆਈਆਂ ਐਪਲੀਕੇਸ਼ਨ। ਨਹੀਂ ਉਹ ਵੱਖ ਵੱਖ ਹੈਗੇ, ਕਿਸੇ ਤੋਂ ਵੱਧ ਹੈਗੇ ਕਿਸੇ ਤੋਂ ਘੱਟ ਹੈਗੇ। ਇੱਥੇ ਤੁਹਾਨੂੰ ਦੱਸ ਦਈਏ ਕਿ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜ਼ਰੂਰਤ ਹੈ ਪੁਲਿਸ ਨੂੰ ਅਜਿਹੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ। ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ, ਰੋਜ਼ਾਨਾ ਟਾਈਮਜ਼।